एक मीडिया वाले जड़े ने है ना उन्होंने मैनु बोलिया कि मैं भज्जी उतों मैं जवाब नहीं दे सकी मैं सवालों तो भज्जी मैं उन्होंने एक होर वीडियो देखी उत्थे भी उही कुछ खंडाई जाते सी मैम जिन्होंने मेरे इंटरव्यू ते आ गल लिखी मैनु थोड़े ते बहुत गुस्सा सी पहले तो ही मैं बस टाइम नंगारी सी भी कातो बोलना आ डेली पोस्ट नू मैं यही गल कहूंगी सारे जाने इन्हां नू ना बायकॉट करन पहले थानू जर्नलिज्म दा जे भी नहीं पता हैगा सिर नी पैर नी चीज दा तुसी चक के ओ चीजां पुछी जाने हो जिदा कोई लेना देना ही नहीं हैगा जेड़ी बंदी ने किया कि हिमांशी भाजरी उत्थे मैं ऑलरेडी उन्हां नूं इंटरव्यूज दे रही सी पर जे कोई चीक चीक के पागला वांगू वे फसूल सवाल पुछूगा तुसी ओदां भी नेगेटिव ही दिखाउणा आ फिर असीं थानूं इंटरव्यू ना दे के नेगेटिव बन जाने आ की फर्क पैंदा आ उस चीज नाल। नमस्कार तुसी देख रहे हो दैनिक सवेरा टीवी और मैं हां थोड़े नाल मीत शर्मा। हिमांशी खुराना पंजाबी म्यूजिक इंडस्ट्री की एक गायिका नाल दे नाल मॉडल अते एक्ट्रेस जो हाल ही दे विच 25 सितंबर नूं जद पंजाब बंद का ऐलान सी किसानों के वलों तो उन्होंने समर्थन करने लिए पहुंची सी अते उत्थे कुछ मीडिया कर्मियों के वलों कुछ अजिहिया हरकतां कीतियां गईयां जिसनों लैके हिमांशी काफ़ी ज़्यादा निराश अते गुस्से दे विच नज़र आ रही है अते उन्होंने हाल ही दे विच एक वीडियो भी साझा किया ते किस निजी चैनल नूं लैके उन्होंने बयान दिते ने आओ तुहानूं दिखाने आ इस वीडियो दे विच। सत श्री अकाल सारिआं नूं, मैनू कुछ चीज़ों का बहुत ज़्यादा गुस्सा सीगा इस करके मैं लाइव आई ते कुछ मीडिया वाले जड़े सीगे है ना वह बड़े नॉट कुछ बट एक मीडिया वाले जड़े ने है ना उन्होंने मैनू बोलिया कि मैं भज्जी उतों मैं जवाब नहीं दे सकी मैं सवालों तो भज्जी मैं उन्होंने एक होर वीडियो देखी उत्थे भी उही कुछ खंडाई जाते सीगे ते इस गल करके मैं कल मीडिया सामने जिहड़ी बाकी कॉन्फ्रेंस हुई आ मैं उन्होंने बड़े प्यार नाल जवाब दिते और वो भी बड़े रिस्पैक्ट नाल गल कर रहे सीगे बहुत प्यार नाल बड़े सत्कार नाल ऐ नहीं हैगा उन्होंने साडी इंसल्ट
ਬਟ ਡੇਲੀ ਪੋਸਟ ਨੂੰ ਮੈਂ ਇਹੀ ਗੱਲ ਕਹੂੰਗੀ, ਸਾਰੇ ਜਾਣੇ ਇਹਨਾਂ ਨੂੰ ਨਾ ਬਾਇਕਾਟ ਕਰਨ ਪਹਿਲੇ। ਮੈਨੂੰ ਇਹ ਗੱਲ ਕਹਿੰਦੇ ਨੇ ਜੀ ਤੁਸੀਂ, ਤੁਹਾਨੂੰ ਕਿਸਾਨੀ ਬਾਰੇ ਨਹੀਂ ਪਤਾ। ਮੈਡਮ ਜਰਨਲਿਜ਼ਮ ਦੇ ਰੂਲਸ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਨੇ। ਤੁਸੀਂ ਕਦੇ ਵੀ ਕਿਸੇ ਵੀ ਜਾਤੀ ਧਰਮ ਜਾਂ ਜਿੱਦਾਂ ਤੁਸੀਂ ਰਿਪੋਰਟਿੰਗ ਕਰਦੇ ਹੋ ਦੈਟ ਇਜ਼ ਟੋਟਲੀ ਅਗੇਂਸਟ ਯੋਰ ਰੂਲਸ। ਤੁਹਾਨੂੰ ਜਰਨਲਿਜ਼ਮ ਦਾ ਜੇ ਵੀ ਨਹੀਂ ਪਤਾ ਹੈਗਾ। ਤੁਸੀਂ ਅਸੀਂ ਤਾਂ ਹੈ ਬੇਵਕੂਫ, ਅਸੀਂ ਤਾਂ ਕਹਿੰਦੇ ਹਾਂ, ਅਸੀਂ ਤਾਂ ਸਿੰਗਰ ਕੋਈ ਵੀ ਹੈਗਾ ਆ, ਪਰ ਬਹਾਨੇ ਸਿਰ ਗਏ ਤਾਂ ਸਹੀ, ਤੁਸੀਂ ਉਹ ਤਾਂ ਸ਼ੁਕਰ ਮਨਾਓ। ਨਹੀਂ ਅੱਧੇ ਸਿੰਗਰ ਪਹਿਲੇ ਡਰਦੇ ਸੀ ਵਿਚਾਰੇ ਕਿ ਅਸੀਂ ਜਾਵਾਂਗੇ ਤਾਂ ਸਾਨੂੰ ਬੋਲਣਗੇ, ਕੌਣ ਪਹੁੰਚਿਆ ਕੌਣ ਨਹੀਂ ਪਹੁੰਚਿਆ, ਕੌਣ ਕਿੱਥੇ ਬੈਠਾ ਕੌਣ ਕਿੱਦਾਂ। ਐਟਲੀਸਟ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਏਕਾ ਤਾਂ ਕੀਤਾ, ਆਪਣੇ ਸੋਸ਼ਲ ਮੀਡੀਆ ਨੂੰ ਚੰਗੀ ਤਰ੍ਹਾਂ ਯੂਜ਼ ਤਾਂ ਕੀਤਾ। ਹੱਲਾ ਸ਼ੇਰੀ ਤਾਂ ਤੁਸੀਂ ਕੀ ਦੇਣੀ ਆ ਵੀ ਨਹੀਂ ਠੀਕ ਵਧੀਆ ਅਸੀਂ ਤੁਹਾਡੇ ਨਾਲ ਖੜੇ ਆ। ਇੱਕ ਬੰਦੇ ਦਾ ਨੁਕਸਾਨ ਹੋ ਰਿਹਾ ਆ, ਜਾਂ ਕਹਿ ਲਓ ਹੋ ਸਕਦਾ ਮੈਨੂੰ ਓਨਾ ਦੁੱਖ ਦਰਦ ਨਾ ਹੋਵੇ। ਜੇ ਮੈਨੂੰ ਬੁਖਾਰ ਚੜਿਆ, ਮੇਰੇ ਫਰੈਂਡਸ ਮੇਰੇ ਘਰ ਦੇ ਮੇਰੇ ਲਾਗੇ ਆ ਕੇ ਖੜੇ ਹੋਣਗੇ, ਮੈਨੂੰ ਹੌਸਲਾ ਬਹੁਤ ਹੋਊਗਾ। ਓਦਾਂ ਹੀ ਅਸੀਂ ਗਏ, ਉਹਨਾਂ ਨੂੰ ਹੌਸਲਾ ਹੀ ਬਹੁਤ ਹੁੰਦਾ ਆ। ਸੋ ਚਾਹੇ ਅਸੀਂ ਕੁਛ ਕਰ ਸਕੀਏ ਚਾਹੇ ਨਾ ਕਰ ਸਕੀਏ, ਆਪਾਂ ਇਹ ਉਮੀਦ ਤੇ ਥੋੜੀ ਜਾਣਾ ਆ ਵੀ ਅਸੀਂ ਸਾਰਾ ਕੁਛ ਕਰਕੇ ਹੀ ਆਉਣਾ ਆ ਜਾਂ ਸਾਰਾ ਕੁਛ ਨਜਾਇਜ਼ ਹੀ, ਮਤਲਬ ਤੁਸੀਂ ਸਾਡੇ ਮਗਰ ਐ ਪੈ ਜਾਂਦੇ ਹੋ। ਉੱਥੇ ਰੁਪਿੰਦਰ ਹਾਂਡਾ ਨੂੰ ਸਵਾਲ ਪੁੱਛ ਰਹੇ ਹੋ ਕਿ ਬੱਬੂ ਮਾਨ ਜੀ ਪਹੁੰਚੇ ਨੀ, ਲੱਖ ਲਾਣਤ ਜੇ ਯੰਗਸਟਰਸ ਦੇ, ਯੰਗਸਟਰਸ ਸਿੰਗਰ ਜਿੰਨੇ ਹੈਗੇ ਨੇ, ਯੰਗ ਸਿੰਗਰ ਹੈਗੇ ਨੇ, ਜੇ ਉਹ ਪਹੁੰਚ ਰਹੇ ਨੇ ਤਾਂ ਜਿੰਨੇ ਸੀਨੀਅਰ ਨੇ ਉਹਨਾਂ ਨੂੰ ਜ਼ਰੂਰੀ ਅਸੀਂ ਕਹਿਣਾ ਆ ਵੀ ਤੁਸੀਂ ਆਓ, ਅਸੀਂ ਮਰ ਗਏ ਹਾਂ, ਅਸੀਂ ਖੜੇ ਹਾਂ ਸਾਰੇ ਜਾਣੇ। ਐਟਲੀਸਟ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਕਿ ਤੁਸੀਂ ਵੱਜ ਗੱਜ ਕੇ ਪਹੁੰਚੋ, ਸਾਰੇ ਜਾਣੇ ਪਹੁੰਚੋ। ਸਾਡੇ ਲਈ ਉਹੀ ਬਹੁਤ ਹੈ ਜੇ ਸਾਡੇ ਮਾਂ ਬਾਪ ਸਾਨੂੰ ਕਹਿਣਗੇ ਕਿ ਬੇਟਾ ਜੀ ਜਾ ਤੁਸੀਂ ਆਹ ਚੀਜ਼ ਕਰੋ, ਅਸੀਂ ਇਹ ਥੋੜੀ ਕਹਾਂਗੇ ਮੰਮੀ ਡੈਡੀ ਤੁਸੀਂ ਵੀ ਚਲੋ ਧੁੱਪੇ ਸਾਡੇ ਨਾਲ ਧੱਕੇ ਖਾਣ। ਪਰ ਇਹਦਾ ਮਤਲਬ ਇਹ ਨਹੀਂ ਜੇ ਘਰੇ ਬੈਠੇ ਨੇ ਉਹ ਚੰਗਾ ਨਹੀਂ ਸੋਚਦੇ। ਸਿਰ ਨੀ ਪੈਰ ਨੀ ਚੀਜ਼ ਦਾ ਤੁਸੀਂ ਚੱਕ ਕੇ ਉਹ ਚੀਜ਼ਾਂ ਪੁੱਛੀ ਜਾਂਦੇ ਹੋ ਜਿਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਸਿਰਫ ਔਰ ਸਿਰਫ ਕ੍ਰਿਟੀਸਿਜ਼ਮ। ਅੱਜ ਕਿਤੇ ਵੀ ਕੋਈ ਨਿਊਜ਼ ਮੈਨੂੰ ਇਹੋ ਜਿਹੀ ਦਿਖਾ ਦਿਓ ਜਿਹਦੇ ਚ ਰੁਪਿੰਦਰ ਨੇ ਕਿਹਾ ਇਹ ਬੱਬੂ ਮਾਨ ਨਹੀਂ ਪਹੁੰਚਿਆ, ਸਿੱਧੂ ਮੂਸੇਵਾਲੇ ਨੇ ਆਹ ਕਿਹਾ, ਉਹਨੇ ਇਹ ਕਿਹਾ, ਹਿਮਾਂਸ਼ੀ ਭੱਜੀ, ਰਣਜੀਤ ਬਾਵੇ ਨੇ ਆਹ ਕੀਤਾ, ਉਹ ਨਹੀਂ ਪਹੁੰਚਿਆ। ਦੈਟਸ ਇਟ, ਤੁਹਾਨੂੰ ਸਿਰਫ ਆਹੀ ਕਰਨਾ ਆਉਂਦਾ ਆ। ਦੈਨ ਯੂ ਹੈਵ ਨੋ ਰਾਈਟ, ਤੁਸੀਂ ਕੱਲ ਨੂੰ ਕਿਸੇ ਨੂੰ ਕਹੋ ਕਿ ਜੀ ਸਿੰਗਰ ਆ ਨਹੀਂ ਕਰਦੇ, ਸਿੰਗਰ ਉਹ ਨਹੀਂ ਕਰਦੇ। ਪਹਿਲੇ ਮੀਡੀਆ ਹੋਣ ਦਾ ਫਰਜ਼ ਨਿਭਾਓ। ਇੱਥੇ ਰੱਬ ਕਿਹੜਾ ਆ ਮੈਨੂੰ ਦਿਖਾ ਦਿਓ, ਕਿਹੜਾ ਬੰਦਾ ਇੱਥੇ ਰੱਬ ਆ। ਅਸੀਂ, ਮੈਂ ਤਾਂ ਕਹਿੰਦੀ ਹਾਂ ਪੰਜਾਬੀ ਇੰਡਸਟਰੀ ਵਿਚਾਰੀ ਕਿੱਧਰ ਨੂੰ ਜਾਵੇ, ਕੁਛ ਹੁੰਦਾ ਇਹਨਾਂ ਦੇ ਮਗਰ ਪੈ ਜਾਓ ਹਰ ਚੀਜ਼ ਦੇ ਵਿੱਚ। ਉਹ ਸ਼ੁਕਰ ਮਨਾਓ ਸਾਰੇ ਜਾਣੇ ਇਕੱਠੇ ਹੋਏ ਨੇ ਤੁਸੀਂ। ਬੱਬੂ ਮਾਨ ਇਜ਼ ਨੋਟ ਇਨ ਇੰਡੀਆ ਰਾਈਟ ਨਾਓ, ਜੇ ਹੁੰਦੇ ਡੈਫੀਨੇਟਲੀ ਮੈਨੂੰ ਪਤਾ ਉਹ ਪਹੁੰਚਦੇ, ਉਹਨਾਂ ਕਰਕੇ ਇੰਨਾ ਇਕੱਠ ਹੋਣਾ ਸੀਗਾ। ਬਟ ਜੇ ਕੋਈ ਇਨਸਾਨ ਨਹੀਂ ਪਹੁੰਚ ਸਕਿਆ ਉਹ ਦੇਖੋ ਤੇ ਤੁਸੀਂ ਦੂਜੇ ਸਿੰਗਰਾਂ ਨੂੰ ਜਿਹਦੇ ਨਾਲ ਉਹਦਾ ਥੋੜਾ ਬਹੁਤਾ ਗੁੱਸਾ ਗਿਲਾ ਹੋਇਆ ਤੁਸੀਂ ਉਹਨੂੰ ਹੋਰ ਚੀਜ਼ਾਂ ਪੁੱਛੀ ਜਾਂਦੇ ਹੋ, ਗਲਤੀ ਨਾਲ ਜੇ ਉਹਨੇ ਕੁਛ ਕਹਿ ਦਿੱਤਾ ਤੇ ਤੁਹਾਨੂੰ ਹੈਡਲਾਈਨ ਮਿਲ ਗਈ। ਅਸੀਂ ਨਹੀਂ ਨਿਭਾਉਂਦੇ, ਅਸੀਂ ਹੈ ਬੇਕਾਰ, ਅਸੀਂ ਬੇਵਕੂਫ, ਅਸੀਂ ਮਹਾ ਬਕਵਾਸ। ਅਸੀਂ ਕੋਈ ਫਰਜ਼ ਨਹੀਂ ਨਿਭਾਉਂਦੇ, ਤੁਸੀਂ ਨਿਭਾ ਲਓ ਕੋਈ ਫਰਜ਼ ਨਿਭਾਉਣਾ ਆ। ਇੰਨੇ ਬੰਦਿਆਂ ਦੀ ਇਹਨਾਂ ਨੇ ਲਾਈਫ ਖਰਾਬ ਕੀਤੀਆਂ ਨਾ, ਇਹ ਗਲਤ ਚੀਜ਼ਾਂ ਨੂੰ ਹੱਲਾਸ਼ੇਰੀ ਦੇ ਕੇ, ਦੇ ਪਰਸਨਲ ਚੀਜ਼ਾਂ ਦੇ ਚੱਕ ਚੱਕ ਕੇ, ਕਦੇ ਕਿਸੇ ਦੀ ਚੱਕ ਚੱਕ ਕੇ ਹਾਈਲਾਈਟ ਕਰਨੀ ਆ। ਤੁਸੀਂ ਜਰਨਲਿਜ਼ਮ ਦਾ ਕਿਹੜਾ ਪਾਰਟ ਨਿਭਾ ਰਹੇ ਹੋ ਮੈਨੂੰ ਦੱਸੋ। ਕੋਈ ਪੀਆਰ ਕਰਨ ਪਹੁੰਚਿਆ, ਕੋਈ ਕਿਸੇ ਤਰੀਕੇ ਪਹੁੰਚੇ, ਐਟਲੀਸਟ ਗਏ ਤਾਂ ਸਹੀ, ਜੇ ਉਹਦੇ ਕਰਕੇ ਥੋੜਾ ਬਹੁਤਾ ਕਿਸੇ ਨੂੰ ਹੌਸਲਾ ਮਿਲਦਾ ਆ। ਇੱਕ ਨੋਰਮਲ ਇਨਸਾਨ ਜੇ ਸਟੇਜ ਤੇ ਖੜ ਕੇ ਬੋਲ ਰਿਹਾ ਆ, ਮੇ ਬੀ ਸ਼ਾਇਦ 100 ਲੋਕਾਂ ਦਾ ਇਕੱਠ ਹੋਵੇ, ਲੇਕਿਨ ਜੇ ਇੱਕ ਕਲਾਕਾਰ ਜਾਂਦਾ ਆ ਉਹਦੇ ਕਰਕੇ ਜੇ 200 ਜਾਣੇ ਹੋਰ ਆਉਂਦੇ ਨੇ ਤਾਂ ਆਵਾਜ਼ ਤੁਹਾਡੀ, ਜੇ ਸਰਕਾਰ ਨੂੰ ਇਕੱਠ ਹੀ ਨਹੀਂ ਦਿਖਿਆ, ਕੁਛ ਨਹੀਂ ਦਿਖਿਆ, ਉਹਨਾਂ ਨੂੰ ਐਂ ਲੱਗਣਾ ਯਾਰ 90% ਲੋਕ ਸਹੀ ਨੇ, 10% ਹੀ ਲੋਕਾਂ ਨੂੰ ਫਰਕ ਪੈ ਰਿਹਾ ਵੀ ਬਿੱਲ ਸਹੀ ਆ ਜਾਂ ਗਲਤ ਆ, ਤਾਂ ਛੱਡੋ ਪਰਾਂ ਪਾਸ ਹੀ ਕਰ ਦਿੰਦੇ। ਕਿਸੇ ਨੈਸ਼ਨਲ ਮੀਡੀਆ ਨੇ ਕਵਰ ਨਹੀਂ ਕੀਤਾ, ਕੀ ਚਾਹੁੰਦੇ ਹੋ, ਉਹਦਾ ਕੀ ਫਾਇਦਾ ਹੋਇਆ? ਕੱਲ ਜੇ ਕੋਈ ਸਿੰਗਰ ਬੋਲਦਾ
एक बेचारा बोलेगा कि भाई बहुत लोग ये चीज कहना चाहते ने भी आ जेड़े एक दो मीडिया वाले ने ना इन्होंने साड़ी धज्जियां उड़ा रखियां सी चाहे चंगा कर लिए। जेड़ी बंदी ने किया कि हिमांशी भाजरी उथे मैं ऑलरेडी उन्होंने इंटरव्यूज दे रही सी, पर जे कोई चीक चीक के पागला वांगू वे फसूल सवाल पुछूगा ਤੁਸੀਂ ਉਦਾਂ ਵੀ ਨੈਗੇਟਿਵ ਹੀ ਦਿਖਾਉਣਾ ਆ, ਫਿਰ ਅਸੀਂ ਤੁਹਾਨੂੰ ਇੰਟਰਵਿਊ ਨਾ ਦੇ ਕੇ ਨੈਗੇਟਿਵ ਬਣ ਜਾਂਦੇ ਆ, ਕੀ ਫਰਕ ਪੈਂਦਾ ਆ ਉਸ ਚੀਜ਼ ਨਾਲ, ਕੀ ਫਰਕ ਪੈਂਦਾ। ਮੈਂ ਨੀ ਕਹਿੰਦੀ, ਬਾਕੀਆਂ ਨੇ ਬੜੇ ਪਿਆਰ ਨਾਲ ਗੱਲ ਕੀਤੀ, ਬੜੇ ਰਣਜੀਤ ਬਾਵਾ ਸੀ ਉਹਨੂੰ ਇਹ ਫਿਕਰ ਵੀ ਸੀ ਵੀ ਕੁੜੀ ਆਈ ਆ ਬਈ ਕਿਤੇ ਭੀੜ ਭੜੱਕੇ ਚ ਗੁੰਮ ਨਾ ਜਾਵੇ, ਕਿਤੇ ਬਿਨਾਂ ਸਿਕਿਉਰਿਟੀ ਤੋਂ ਮੈਂ ਗਈ ਸੀਗੀ। ਮੈਂ ਕਹੂੰਗੀ ਜਿਹੜੀ ਗੱਲ ਕਹਿਣ ਵਾਲੀ ਹੈਗੀ ਸਰਾਹਣ ਵਾਲੀ ਹੈਗੀ ਆ। ਹਰਭਜਨ ਮਾਨ ਜੀ ਸੀਗੇ, ਉਹਨਾਂ ਨੇ ਬੜੇ ਪਿਆਰ ਨਾਲ ਬੇਟਾ ਬੇਟਾ ਕਰਕੇ ਗੱਲ ਕੀਤੀ ਆ। ਹੋਰ ਦੋ ਤਿੰਨ ਵਿਚਾਰੇ ਸਿੰਗਰ ਸੀਗੇ, ਜਿੱਥੇ ਖੜਨਾ ਚਾਹੀਦਾ ਉੱਥੇ ਆਉਂਦੇ ਨੀ ਹੈਗੇ। ਹੁਣ ਛਾਪਣਾ, ਹੁਣ ਛਾਪੋ, ਚੰਗੀ ਤਰ੍ਹਾਂ ਛਾਪੋ ਵੀ ਹਾਂ ਮੈਂ ਹੈਗੀ ਘਟੀਆਂ, ਹਾਂ ਮੈਂ ਹੈਗੀ ਬਕਵਾਸ, ਜੋ ਚਾਰ ਜਾਣਿਆਂ ਦਾ ਹੋਰ ਲਿਖਣਾ ਲਿਖੋ, ਪਰ ਮੇਰੇ ਦਿਲ ਨੂੰ ਤਸੱਲੀ ਮਿਲ ਗਈ ਬੋਲ ਕੇ ਕਿ ਤੁਹਾਡੇ ਬਾਰੇ ਆਹ ਚੀਜ਼ ਮੈਂ ਬਹੁਤ ਟਾਈਮ ਤੋਂ ਬੋਲਣਾ ਚਾਹੁੰਦੀ ਸੀ, ਥੋਤੋਂ ਤਾਂ ਸਾਰੇ ਭੱਜਦੇ ਨੇ। ਦੱਸਦੇ ਤੁਹਾਨੂੰ ਕਿ ਇਸ ਵੀਡੀਓ ਤੋਂ ਇਲਾਵਾ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਹਿਮਾਂਸ਼ੀ ਖੁਰਾਨਾ ਨੇ ਉਸ ਨਿੱਜੀ ਚੈਨਲ ਨੂੰ ਲੈ ਕੇ, ਜਿਸ ਦੇ ਵਿੱਚ ਲਿਖਦੇ ਨੇ ਕਮੈਂਟ ਕਿਉਂ ਆਫ ਕੀਏ ਪਬਲਿਕ ਰਿਵਿਊ ਤੇ ਲੈ ਲਓ, ਜੋ ਮੈਂ ਕਹਿਣਾ ਚਾਹੁੰਦੀ ਸੀ ਤੁਸੀਂ ਪ੍ਰੂਫ ਕਰਤਾ, ਜਿੱਥੇ ਫੋਟੋਆਂ ਦੀ ਗੱਲ ਕਰ ਰਹੇ ਹੋ ਉੱਥੇ ਮੀਡੀਆ ਬਾਈਟਸ ਚੱਲ ਰਹੀ ਸੀ, ਸਟਾਰਟ ਹੀ ਝੂਠ ਤੋਂ ਕੀਤਾ। ਗੌਰਤਲਬ ਹੈ ਕਿ ਆਪਣੀ ਇਸ ਵੀਡੀਓ ਦੇ ਵਿੱਚ ਹਿਮਾਂਸ਼ੀ ਨੇ ਸਾਫ਼ ਤੌਰ 'ਤੇ ਕਿਹਾ ਕਿ ਉਹ ਕਿਤੋਂ ਵੀ ਭੱਜੇ ਨਹੀਂ ਹੈ, ਬਲਕਿ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨਿੱਜੀ ਚੈਨਲਸ ਦੇ ਵੱਲੋਂ। ਫਿਲਹਾਲ ਹਿਮਾਂਸ਼ੀ ਖੁਰਾਨਾ ਨੂੰ ਲੈ ਕੇ ਤੁਹਾਡਾ ਕੀ ਫੀਡਬੈਕ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰੋ, ਅਤੇ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-647, 84-374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।